ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦੇ। ਇੱਕ ਨਾ ਮੈਸੇਜ ਬਹੁਤ ਆਉਂਦਾ ਵੀ ਜਿੱਦਣ ਦਾ ਸ਼ੈਨਗਨ ਜੋਨ ਦਾ ਕੱਲ੍ਹ ਦਾ ਪਰਸਨ ਦਾ ਰੌਲਾ ਪੈ ਗਿਆ ਨਾ, ਵੀ ਐਂਟਰ ਹੋ ਗਿਆ, ਚਲੋ ਆਪਾਂ ਜਾ ਸਕਦੇ। ਜਨਤਾ ਨੇ ਇੰਨੇ ਮੈਸੇਜ ਕੀਤੇ ਆ ਨਾ ਫੇਸਬੁੱਕ 'ਤੇ, ਬਹੁਤ ਜ਼ਿਆਦਾ ਕੀਤੇ। ਸਵਾਲ ਪਤਾ ਕੀ ਆ, ਕਿਹੜੇ ਏਅਰਪੋਰਟ ਤੋਂ ਜਾਈਏ? ਮੈਂ ਤਕਰੀਬਨ ਦੱਸਿਆ ਸੀਗਾ ਵੀ ਤੁਸੀਂ ਕਿਹੜੇ ਏਅਰਪੋਰਟ ਤੋਂ ਜਾ ਸਕਦੇ ਹਾਂ, ਅਤੇ ਜਿੱਦਾਂ ਜਿੱਦਾਂ ਰੂਲ ਚੇਂਜ ਹੁੰਦੇ ਗਏ ਮੈਂ ਤੁਹਾਨੂੰ ਦੱਸਦਾ ਗਿਆ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਬੁਕਾਰੈਸਟ ਏਅਰਪੋਰਟ ਤੋਂ ਜਾਣਾ ਵਾ ਅਤੇ ਤੁਹਾਡੇ ਜਿਹੜੇ ਡਾਕੂਮੈਂਟ ਚੈੱਕ ਹੋਣੇ ਆ, ਠੀਕ ਆ। ਬਾਅਦ ਵਿੱਚ ਜਦੋਂ 30 ਜਾਂ 31 ਤਰੀਕ ਸ਼ਾਇਦ ਇੱਕ ਨਵਾਂ ਇਹਨਾਂ ਨੇ ਨੋਟਿਸ ਜਾਰੀ ਕੀਤਾ ਸੀ ਕਿ ਇੱਦਾਂ ਦਾ ਕੁਛ ਨਹੀਂ ਆ, ਸਿਰਫ ਤੁਹਾਡੇ ਜਿਹੜੇ ਡਾਕੂਮੈਂਟ ਏਅਰਲਾਈਨ ਚੈੱਕ ਕਰੂਗੀ, ਮਤਲਬ ਤੁਹਾਨੂੰ ਇਮੀਗ੍ਰੇਸ਼ਨ ਫੇਸ ਨਹੀਂ ਕਰਨੀ ਪਊਗੀ। ਇਹ ਜਿਹੜੀ ਵੀਡੀਓ ਇਹ ਇਕੱਲੇ ਰੋਮਾਨੀਆ ਵਾਲੇ ਵਾਸਤੇ ਨਹੀਂ ਆ, ਬਲਗਾਰੀਆਂ ਵਾਲੇ ਵਾਸਤੇ ਵੀ ਆ, ਦੋਵੇਂ ਮਤਲਬ ਕੰਟਰੀਆਂ ਵਾਸਤੇ। ਹੁਣ ਮੈਂ ਦੋਵਾਂ ਕੰਟਰੀਆਂ ਦਾ ਹੀ ਕਰੂੰਗਾ। ਬਲਗਾਰੀਆ ਦੀ ਅਸੀਂ ਵੀਡੀਓ ਬਣਾਵਾਂਗੇ ਭਾਜੀ ਜਿੰਮੀ ਨਾਲ, ਕਿਉਂਕਿ ਜਿੰਮੀ ਉੱਥੇ ਰਹਿੰਦੇ ਰਹੇ ਲੰਬੇ ਟਾਈਮ ਤੋਂ, ਉੱਥੇ ਸੀ ਹੈ ਨਾ ਕਾਫੀ ਟਾਈਮ ਤੋਂ, ਅਤੇ ਹੁਣ ਹੀ ਮੂਵ ਹੋਏ। ਬਟ ਉਹ ਆਉਂਦੇ ਜਾਂਦੇ ਰਹਿੰਦੇ ਆ, ਮਹੀਨੇ ਦੋ ਮਹੀਨੇ ਬਾਅਦ ਆਉਂਦੇ ਜਾਂਦੇ ਰਹਿੰਦੇ, ਉਹਨਾਂ ਨੂੰ ਜ਼ਿਆਦਾ ਪਤਾ ਵਾ। ਅਤੇ ਬਲਗਾਰੀਆ ਦੀਆਂ ਹੋਰ ਵੀਡੀਓ ਆਉਣਗੀਆਂ ਭਾਅ ਜੀ ਦੇ ਨਾਲ। ਅੱਛਾ, ਹੁਣ ਜਿਹੜੀ ਗੱਲ ਜਿਹੜੀ ਆਪਾਂ ਕਰਦੇ ਸੀਗੇ, ਜਿਹਦਾ ਰੌਲਾ ਚੱਲਦਾ ਕਿਹੜੇ ਏਅਰਪੋਰਟ ਤੋਂ ਜਾਈਏ, ਕਿਉਂਕਿ ਰੋਮਾਨੀਆ ਦੇ ਜਿਹੜੇ 17 ਏਅਰਪੋਰਟ ਤੋਂ ਇਹਨਾਂ ਨੇ ਅਲਾਓ ਕਰਤਾ, ਠੀਕ ਆ। ਉਸ ਤੋਂ ਬਾਅਦ 'ਚ ਸੋਫੀਆ ਦੇ ਜਿੰਨੇ ਏਅਰਪੋਰਟ ਆ ਸਾਰਿਆਂ ਤੋਂ ਅਲਾਓ ਕਰਤਾ ਵਾ। ਸੋਫੀਆ ਦੇ ਵਿੱਚ ਬੁਰਗਸ 'ਚ, ਵਰਨਾ 'ਚ, ਫਿਰ ਸੋਫੀਆ ਵਿੱਚ, ਮਤਲਬ ਕਾਫੀ ਏਅਰਪੋਰਟ ਆ, ਜਿੰਨੇ ਮਤਲਬ ਜਿੰਨੇ 4-5 ਏਅਰਪੋਰਟ ਆ ਉਹਨਾਂ ਨੇ ਕਹਿ ਦਿੱਤਾ। ਅੱਛਾ, ਹੁਣ ਜਿਹੜੀ ਗੱਲ ਆ ਰੋਮਾਨੀਆ ਦੇ ਵਿੱਚ, ਜੇ ਮਤਲਬ ਤੁਸੀਂ ਕਲੋਜ 'ਚ ਰਹਿੰਦੇ ਆ, ਕੋਈ ਬੰਦਾ ਕਲੋਜ 'ਚ ਰਹਿੰਦਾ ਵਾ ਜਾਂ ਤਿੰਮੀਸ਼ੋਰਾ 'ਚ ਰਹਿੰਦਾ ਵਾ, ਠੀਕ ਆ, ਤਿੰਮੀਸ਼ੋਰਾ ਵਿੱਚ ਵੀ ਨਵਾਂ ਏਅਰਪੋਰਟ ਆ, ਕਲੋਜ 'ਚ ਵੀ ਨਵਾਂ ਏਅਰਪੋਰਟ, ਕਲੋਜ 'ਚ ਵੀ ਹੈਗਾ ਏਅਰਪੋਰਟ, ਉਹ ਤੋਂ ਬਾਅਦ ਬੁਕਾਰੈਸਟ ਵਿੱਚ ਵੀ ਹੈਗਾ, ਮਤਲਬ ਬਰਾਸ਼ਵ 'ਚ ਵੀ ਹੈ ਨਵਾਂ ਬਣਿਆ, ਨਵੇਂ ਪੁਰਾਣੇ ਜਿਹੜੇ ਆ। ਟੋਟਲ 17 ਜਿਹੜੇ ਏਅਰਪੋਰਟ ਆ ਨਾ ਰੋਮਾਨੀਆ ਦੇ ਵਿੱਚ, ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਕਿਸੇ ਵੀ ਏਅਰਪੋਰਟ ਤੋਂ ਚੜੋ ਜਾਓ, ਮਤਲਬ ਕੋਈ ਸਪੈਸ਼ਲ ਏਅਰਪੋਰਟ ਨਹੀਂ ਹੈਗਾ। ਪਹਿਲਾਂ ਸੀਗਾ ਕਿ ਬੁਕਾਰੈਸਟ ਤੋਂ ਸਟਾਰਟਿੰਗ ਹੋਊਗੀ, ਠੀਕ ਆ, ਮਤਲਬ ਇਹ ਚੈੱਕ ਕਰਨਗੇ ਹੌਲੀ ਹੌਲੀ ਜਿੱਦਾਂ ਜਿੱਦਾਂ ਇਹਨਾਂ ਨੇ ਸਾਰੇ ਸ਼ਡਿਊਲ ਬਣਾਏ, ਜਿਹਦੀਆਂ ਪੋਲਿਸੀਆਂ ਚੇਂਜ ਕੀਤੀਆਂ ਯੂਰਪ ਯੂਨੀਅਨ ਦੀਆਂ ਜੋ ਵੀ, ਹੈ ਨਾ, ਉਹਦੇ ਫਿਰ ਇਹਨਾਂ ਨੂੰ ਹੋਇਆ ਕਿ ਨਹੀਂ ਇਕੱਲੇ ਬੁਕਾਰੈਸਟ ਏਅਰਪੋਰਟ ਤੋਂ ਨਹੀਂ, ਰੋਮਾਨੀਆ ਦੇ ਜਿੰਨੇ ਵੀ ਡੋਮੈਸਟਿਕ ਏਅਰਪੋਰਟ ਆ, ਮਤਲਬ ਤੁਸੀਂ ਬਰਾਸ਼ਵ ਤੋਂ ਫਲਾਈ ਕਰ ਲਓ, ਤੁਸੀਂ ਕਲੋਜ ਤੋਂ ਬੁਕਾਰੈਸਟ 400-500 ਕਿਲੋਮੀਟਰ ਆ, ਇਹ ਨਹੀਂ ਕਿ ਤੁਸੀਂ ਉੱਥੋਂ ਜਿਹੜੀ ਆ ਟਿਕਟ ਬੁਕਾਰੈਸਟ ਦੀ ਲਓ। ਹਾਂ, ਇੱਕ ਚੀਜ਼ ਹੈਗੀ ਆ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੰਨ ਲਓ ਤੁਹਾਨੂੰ ਜਿਹੜੀ ਟਿਕਟ ਆ ਕਲੁਜ ਤੋਂ ਸਸਤੀ ਪੈ ਰਹੀ, ਕਲੁਜ ਤੋਂ ਤੁਸੀਂ ਜਾਣਾ ਵਾ ਵਿਆਨਾ ਨੂੰ ਜਾਣਾ ਵਾ, ਕਲੁਜ ਤੋਂ ਤੁਸੀਂ ਪੁਰਤਗਾਲ ਨੂੰ ਜਾਣਾ ਵਾ, ਜਾਂ ਕਲੁਜ ਤੋਂ ਤੁਸੀਂ ਇਟਲੀ ਜਾਣਾ ਵਾ, ਰੋਮਾ ਨੂੰ ਜਾਣਾ, ਮਿਲਾਨ ਦੀ ਟਿਕਟ ਲੈਣੀ, ਮਤਲਬ ਉਹ ਤੁਸੀਂ ਦੇ ਸਕਦੇ ਹਾਂ ਕਿ ਤੁਸੀਂ ਤੁਹਾਨੂੰ ਕਿਹੜੀ ਜਿਹੜੀ ਹੈ ਟਿਕਟ ਸਸਤੀ ਪੈ ਰਹੀ ਹੈ, ਮਤਲਬ ਵਧੀਆ ਪੈ ਰਹੀ ਹੈ, ਉਹ ਤੁਸੀਂ ਚੈੱਕ ਕਰ ਸਕਦੇ ਹਾਂ। ਬਟ ਜੇ ਤੁਸੀਂ ਕਹੋ ਕਿ ਨਹੀਂ ਕੋਈ ਸਪੈਸ਼ਲ ਏਅਰਪੋਰਟ ਆ, ਸਪੈਸ਼ਲ ਏਅਰਪੋਰਟ ਕੋਈ ਨਹੀਂ ਹੈਗਾ, ਮਤਲਬ ਕਿ ਤੁਸੀਂ ਕਿਸੇ ਵੀ ਏਅਰਪੋਰਟ ਤੋਂ ਜਾ ਸਕਦੇ ਹਾਂ, ਕੋਈ ਇਸ਼ੂ ਨਹੀਂ ਹੈਗਾ ਇੱਦਾਂ। ਅਤੇ ਜਿਹੜੀ ਹੈਗੀ ਆ ਇਹ ਨਿਊਜ਼, ਇਹ ਤੋਂ ਬਲਗਾਰੀਆ ਦੀ ਗੱਲ ਕਰ ਲੈਂਦੇ। ਬਲਗਾਰੀਆ ਵਿੱਚ ਜੇ ਮਤਲਬ ਤੁਸੀਂ ਵਰਨਾ 'ਚ ਰਹਿੰਦੇ ਹਾਂ, ਵਰਨਾ ਦਾ ਟਿਕਟ ਜਿਹੜੀ ਸਸਤੀ ਮਿਲਦੀ ਤੁਹਾਨੂੰ, ਫਿਰ ਤੁਸੀਂ ਉਹ ਕਰ ਲਓ। ਜੇ ਤੁਸੀਂ ਸੋਫੀਆ 'ਚ ਰਹਿੰਦੇ ਹਾਂ ਤਾਂ ਉਹ ਕਰ ਲਓ। ਕੁਝ ਜਿਹੜੇ ਮਤਲਬ ਇੱਦਾਂ ਦੇ ਏਅਰਪੋਰਟ ਆ ਉੱਥੋਂ ਕੁਝ ਚੀਜ਼ਾਂ ਕੁਝ ਜਿਹੜੀਆਂ ਫਲੈਟਾਂ ਸਸਤੀਆਂ ਮਿਲਦੀਆਂ, ਜਿੱਦਾਂ ਮੰਨ ਲਓ ਬੁਕਾਰੈਸਟ ਤੋਂ ਸਸਤੀ ਮਿਲਦੀ ਹੈ। ਇਸ ਤੋਂ ਬਾਅਦ 'ਚ ਜੇ ਤੁਸੀਂ ਫਲਾਈ ਕਰਨਾ ਵਾ, ਹੋ ਸਕਦਾ ਕਿ ਤੁਹਾਨੂੰ ਤਿੰਮੀਸ਼ੋਰਾ ਤੋਂ ਸਸਤੀ ਮਿਲ ਜਾਵੇ। ਤਿੰਮੀਸ਼ੋਰਾ ਤੋਂ ਜੇ ਤੁਸੀਂ ਵਿਆਨਾ ਨੂੰ ਜਾਣਾ ਵਾ, ਬੁੱਧਾ ਪੈਸਾ ਜਾਣਾ, ਮਤਲਬ ਨੇੜੇ ਆ, ਜਾਂ ਤੁਸੀਂ ਉੱਥੋਂ ਮਿਲਾਨ ਨੂੰ ਜਾਣਾ ਵਾ, ਤਾਂ ਸਸਤੀ ਪੈਣੀ, ਮਤਲਬ
ਸਸਤੀ ਮਹਿੰਗੀ ਨਾ ਤੁਸੀਂ ਚੈੱਕ ਕਰਨਾ, ਉਹ ਤੁਸੀਂ ਦੇਖਣਾ ਵੀ ਹਾਂ ਮੈਨੂੰ ਕਿੱਥੋਂ ਸਸਤੀ ਪੈਂਦੀ, ਕਿਉਂਕਿ ਬੰਦੇ ਨੂੰ ਇਹ ਆ ਵੀ ਚਲੋ ਪੈਸੇ ਵੀ ਬਚ ਜਾਣ, ਠੀਕ ਆ। ਬਟ ਜੇ ਤੁਸੀਂ ਕਹਿੰਦੇ ਆ ਕਿ ਨਹੀਂ ਕੋਈ ਸਪੈਸ਼ਲ ਏਅਰਪੋਰਟ ਆ, ਸਪੈਸ਼ਲ ਏਅਰਪੋਰਟ ਕੋਈ ਨਹੀਂ ਹੈਗਾ ਨਾ ਰੋਮਾਨੀਆ 'ਚ ਨਾ ਬਲਗਾਰੀਆ 'ਚ। ਬਲਗਾਰੀਆ ਦੇ 3-4-5 ਏਅਰਪੋਰਟ ਆ ਜਿਹੜੇ, ਉੱਥੋਂ ਤੁਸੀਂ ਫਲਾਈ ਕਰੋ, ਠੀਕ ਆ। ਉਸ ਤੋਂ ਬਾਅਦ 'ਚ ਰੋਮਾਨੀਆ ਦੇ ਵਿੱਚ ਜਿਹੜੇ 17 ਏਅਰਪੋਰਟ ਹੈ ਉਹਨਾਂ ਤੋਂ ਤੁਸੀਂ ਫਲਾਈ ਕਰਨਾ ਵਾ, ਇਹ ਨਹੀਂ ਹੈਗਾ ਕਿ ਤੁਸੀਂ ਕਲੋਜ 'ਚ ਰਹਿੰਦੇ ਆ ਜਾਂ ਤੁਸੀਂ ਤਿਮੀਸ਼ੋਰਾ 'ਚ ਰਹਿੰਦੇ ਆ ਤੁਸੀਂ ਬੁਕਾਰੈਸਟ ਆਓਗੇ। ਤਿਮੀਸ਼ੋਰਾ ਤੋਂ ਬੁਕਾਰੈਸਟ 400-500 ਕਿਲੋਮੀਟਰ ਆ, ਉੱਧਰ ਤਾਂ ਬਹੁਤ ਪੈਸੇ ਲੱਗ ਜਾਣੇ। ਇਸ ਕਰਕੇ ਤਿਮੀਸ਼ੋਰਾ ਵਿੱਚ ਨਵਾਂ ਏਅਰਪੋਰਟ ਆ, ਮਤਲਬ ਕਿ ਤੁਹਾਡੇ ਲਾਗੇ ਜਿਹੜਾ ਵੀ ਏਅਰਪੋਰਟ ਆ ਤੁਸੀਂ ਉੱਥੋਂ ਫਲਾਈ ਕਰ ਸਕਦੇ ਆ, ਡੋਮੈਸਟਿਕ ਜਿਹੜੇ ਇੰਟਰਨੈਸ਼ਨਲ ਏਅਰਪੋਰਟ ਆ। ਕਿਉਂਕਿ ਇਹਨਾਂ ਜਦੋਂ ਸ਼ੈਂਗਨ ਜ਼ੋਨ ਦੇ ਵਿੱਚ ਆ ਗਿਆ ਫਿਰ ਕੋਈ ਚੱਕਰ ਨਹੀਂ ਹੈਗਾ। ਬੁਡਾਪੇਸਟ ਜਿੱਦਾਂ ਮੰਨ ਲਓ ਤੁਸੀਂ ਉੱਥੋਂ ਫਲਾਈ ਕਰੋ ਅਤੇ ਕਲੁਜ ਆ ਜਾਓ, ਮਤਲਬ ਉੱਧਰੋਂ ਇੱਧਰ ਨੂੰ ਆਉਣਾ ਵਾ ਕੋਈ ਇਸ਼ੂ ਨਹੀਂ, ਇੱਧਰੋਂ ਉੱਧਰ ਨੂੰ ਆਉਣਾ ਕੋਈ ਇਸ਼ੂ ਨਹੀਂ ਆ। ਟਿਕਟ ਸਸਤੀ ਮਹਿੰਗੀ ਜਿਹੜੀ ਆ ਉਹ ਤੁਸੀਂ ਦੇਖਣੀ ਆ, ਉਹ ਤੁਹਾਡੇ 'ਤੇ ਡਿਪੈਂਡ ਆ, ਮਤਲਬ ਕਿ ਤੁਹਾਨੂੰ ਕਿੱਥੋਂ ਸਸਤੀ ਪੈਂਦੀ ਆ ਜਾਂ ਕਿੱਦਾਂ, ਉਹ ਬੰਦੇ ਨੂੰ ਹੁੰਦਾ ਵਾ। ਬਟ ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਕਿ ਤੁਸੀਂ ਕਿੱਥੋਂ ਜਾਣਾ ਵਾ। ਬਾਕੀ ਜਿਹੜਿਆਂ ਨੇ ਪੋਰਟ ਆ ਉਹ ਵੀ ਜਿਹੜੇ ਓਪਨ ਕਰ ਦਿੱਤੇ ਆ ਸਮੁੰਦਰ ਦੇ ਰਸਤੇ ਜਿਹੜੇ ਆ, ਉਹ ਵੀ ਰਸ 4 ਜਿਹੜੀਆਂ ਜੱਟੀਆਂ ਵਾ, 4 ਆਪਣੇ ਇੱਥੇ ਹੈਗੇ ਆ ਜਿੱਥੋਂ ਤੁਸੀਂ ਜਾ ਸਕਦੇ। ਬਟ ਕੋਈ ਕਿਹਨੇ ਜਾਣਾ, ਮਤਲਬ ਉੱਦਾਂ ਮੈਂ ਤੁਹਾਨੂੰ ਗੱਲ ਦੱਸਦਾ ਵੀ ਉਸ ਚੀਜ਼ ਦੇ ਵਿੱਚ ਨਹੀਂ ਕੋਈ ਪੈਂਦਾ, ਹੈ ਨਾ। ਇੱਦਾਂ ਹੀ ਬਲਗਾਰੀਆ ਦੇ ਵਿੱਚ ਆ, ਬਲਗਾਰੀਆ 'ਚ ਤੁਸੀਂ ਵਰਨਾ ਤੋਂ ਜਾ ਸਕਦੇ ਆ, ਠੀਕ ਆ। ਜੇ ਤੁਸੀਂ ਬਾਏ ਮਤਲਬ ਸ਼ਿਪ ਜਾਣਾ ਵਾ, ਕਰੂਜ਼ ਸ਼ਿਪ ਜਿਹਦੇ ਜਿਹੜੇ ਜਾਂਦੇ ਆ ਉਹ ਕਾਫੀ ਟਾਈਮ ਲਾ ਦਿੰਦੇ ਆ, ਮਿਸ ਹੋ ਸਕਦਾ ਮਹਿੰਗੇ ਵੀ ਹੋਣ, ਉਹ ਮਤਲਬ ਹੋਰ ਗੱਲ ਆ। ਬਟ ਫਲਾਈਟ ਜਿਹੜੀ ਆ ਕੋਈ ਇਸ਼ੂ ਨਹੀਂ ਹੈਗਾ ਰੋਮਾਨੀਆ ਬਲਗਾਰੀਆ ਦਾ, ਕਿਉਂਕਿ ਮੈਨੂੰ ਕਿੰਨੇ ਮੈਸੇਜ ਆਏ ਆ ਇਸੇ ਚੀਜ਼ ਦੇ। ਅਤੇ ਹੁਣ ਇਕੱਲੇ ਇਕੱਲੇ ਨੂੰ ਰਿਪਲਾਈ ਕਰਨਾ ਬਹੁਤ ਔਖਾ, ਇੱਕ ਮੈਂ ਜੋਬ 'ਤੇ ਹੁੰਦਾ, ਦੂਜਾ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਯਾਰ ਤੁਸੀਂ ਬੋਲ ਕੇ ਮੈਸੇਜ ਕਰਿਆ ਕਰੋ ਜਾਂ ਤਾਂ ਲਿਖ ਕੇ ਕਰ ਦਿੰਦੀ, ਹੈ ਨਾ। ਉਹਦੇ ਕਰਕੇ ਇਸ਼ੂ ਪੈਂਦਾ, ਕਿਉਂਕਿ ਮੈਨੂੰ ਜਲਦੀ ਜਲਦੀ ਹੁੰਦਾ ਵੀ ਚਲੋ ਬੋਲ ਕੇ ਅਗਲੇ ਨੂੰ ਦੱਸ ਦਈਏ, ਜਿੰਨਾ ਹੋ ਸਕਦਾ ਮੈਂ ਕਰਦਾ ਵਾਂ, ਜਿਹੜੀ ਵੀ ਖਬਰ ਆ ਮੈਂ ਦੱਸਦਾ ਵਾਂ। ਹੁਣ ਬਹੁਤੇ ਜਿਹੜੀ ਜਨਤਾ ਵਾ, ਹੁਣ ਕਿੰਨੇ ਪਲੇਟਫਾਰਮ ਆ ਇੱਥੇ, ਇੱਥੇ ਕਿੰਨੀ ਜਨਤਾ ਵਾ, ਹੈ ਨਾ, ਵੀ ਬੋਲਦੇ ਆ ਬੰਦੇ, ਉਹਨਾਂ ਕੋਲ ਫੋਲੋਵਰ ਵੀ ਵਧੀਆ ਹੈਗੇ ਆ ਟਿਕਟੋਕ 'ਤੇ, ਇਸ ਤੋਂ ਇਲਾਵਾ ਫੇਸਬੁੱਕ ਦੇ, ਇੱਦਾਂ ਮਤਲਬ। ਪਰ ਸਾਨੂੰ ਇਹ ਆ ਵੀ ਚਲੋ ਦੱਸ ਦਈਏ, ਹੈ ਨਾ, ਲੋਕਾਂ ਨੂੰ ਕੋਈ ਦੱਸਦਾ ਨਹੀਂ ਹੈਗਾ, ਕਿਉਂਕਿ ਉਹਨਾਂ ਦਾ ਬਿਜ਼ਨਸ ਆ। ਜੋ ਇਹ ਚੀਜ਼ ਦੱਸਣਗੇ ਤਾਂ ਉਹਨਾਂ ਦਾ ਲੋਸ ਹੋਊਗਾ, ਮਤਲਬ ਜੇ ਉਹ ਚੀਜ਼ ਦੱਸਣਗੇ ਤਾਂ ਉਹਨਾਂ ਦਾ ਕੰਮ ਨਹੀਂ ਚੱਲੂਗਾ, ਏਜੰਟ ਵਗੈਰਾ ਜਿੱਦਾਂ ਵੀ, ਹੈ ਨਾ। ਅਤੇ ਉਹ ਫਿਰ ਇੱਦਾਂ ਹੁੰਦੇ, ਹੁਣ ਕਈਆਂ ਨੂੰ ਉਹ ਇਹ ਕਈਆਂ ਨੂੰ ਜਿਹੜੇ ਆ ਮਤਲਬ ਇਨਫੋਰਮੇਸ਼ਨ ਦਿੰਦੀ ਨਹੀਂ, ਜਾਣਕਾਰੀ ਦਿੰਦੇ ਨਹੀਂ। ਉਹਦਾ ਕਾਰਨ ਕੀ ਆ, ਜਿਹੜੇ ਇੱਥੇ ਏਜੰਟ ਨਾ, ਜਿਹੜੇ ਟਿਕਟੋਕ ਦੇ ਜਾਂ ਜਿਹੜੇ ਵੀਜ਼ੇ ਲਵਾਉਂਦੇ, ਜਿਹੜਾ ਇੱਥੋਂ ਇੰਡੀਆ ਤੋਂ ਇੱਥੋਂ ਦੇ ਵੀਜ਼ੇ ਲਵਾਉਂਦੇ ਆ, ਅਤੇ ਇਹ ਡੋਂਕੀਆਂ ਦਾ ਵੀ ਕੰਮ ਕਰਦੇ ਆ, ਮਤਲਬ ਅਗਲੇ ਨਾਲ ਐਗਰੀਮੈਂਟ ਮਤਲਬ ਗੱਲ ਕਰ ਲੈਂਦੇ, ਹਾਂ ਭਾਈ ਤੈਨੂੰ ਰੋਮਾਨੀਆ ਪਹੁੰਚਾ ਦਾਂਗੇ, ਇੱਥੋਂ ਤੈਨੂੰ ਅੱਗੇ ਜਿੱਥੇ ਕਹੇਗਾ ਉੱਥੇ ਪਹੁੰਚਾ ਦਾਂਗੇ, ਪੈਸੇ ਇੰਨੇ ਲੱਗਣੇ ਆ। ਇਹਨਾਂ ਦਾ ਇਹ ਹੁੰਦਾ ਵਾ, ਕਿਉਂਕਿ ਇੱਥੇ ਮੋਸਟਲੀ ਜਿਹੜੀਆਂ ਏਜੰਸੀਆਂ ਵਾ ਜਾਂ ਜਿੰਨੇ ਵੀ ਆ ਜਿਹੜੇ ਇੱਥੇ ਆ ਸਾਲੇ, ਇਹਨਾਂ ਦਾ ਇਹ ਹੁੰਦਾ, ਇਹ ਆ ਉੱਥੋਂ ਇਹਨਾਂ ਨੇ ਬੰਦਾ ਲਿਆਉਣਾ, ਲਿਆ ਕੇ ਅਗਲੇ ਨੂੰ ਬੰਦਾ ਸੁੱਟ ਦੇਣਾ। ਇਹਨਾਂ ਨੇ ਸਿਰਫ ਇੰਨੀ ਗਰੰਟੀ ਲੈਣੀ ਹੁੰਦੀ ਆ ਕਿ ਤੁਸੀਂ 3 ਜਾਂ 4 ਮਹੀਨੇ ਬੰਦਾ ਰੱਖੋ, ਠੀਕ ਆ। ਮੋਸਟਲੀ ਬਹੁਤ ਬੰਦਿਆਂ ਨਾਲ ਇਹ ਚੀਜ਼ ਹੋ ਰਹੀ ਆ। ਹੁਣ ਜਨਤਾ ਕੀ ਕਰਦੀ ਆ, ਉੱਥੋਂ ਆ ਜਾਂਦੀ ਇੱਥੇ, ਇੱਥੇ ਆ ਕੇ ਨਾ ਉਹਨਾਂ ਨੂੰ ਉਹ ਕੰਮ ਮਿਲਦਾ, ਨਾ ਉਹਨਾਂ ਨੂੰ ਉਹ ਸੈਲਰੀ ਮਿਲਦੀ ਆ, ਨਾ ਉਹਨਾਂ ਨੂੰ ਉਹ ਕੰਪਨੀ ਮਿਲਦੀ ਆ। ਫਿਰ ਇਹ ਕੀ ਕਰਦੇ ਆ, ਜਿਹੜਾ ਕੋਈ ਬੰਦਾ ਸਾਡੇ ਵਰਗਾ ਟਿਕਟੋਕ 'ਤੇ ਜਾਂ ਕਿਤੇ ਵੀ ਦੱਸਦਾ, ਫਿਰ ਉਹਨੂੰ ਪੁੱਛਦੇ ਆ। ਅਤੇ ਹੁਣ ਅਸੀਂ ਇੰਨਾ ਨਹੀਂ ਨਾ ਦੱਸ ਸਕਦੇ, ਉਹ ਤੁਹਾਡੇ ਏਜੰਟਾਂ 'ਤੇ ਡਿਪੈਂਡ ਆ। ਪਰ ਫਿਰ ਹੁਣ ਮੈਂ ਥੋੜ੍ਹਾ ਜਿਹਾ ਘੱਟ ਗਿਆ ਵਾਂ, ਮੈਂ ਚੀਜ਼ ਦਾ ਰੌਲਾ ਨਹੀਂ ਪਾਉਂਦਾ। ਉਹਦਾ ਕਾਰਨ ਕੀ ਆ, ਕਿਉਂਕਿ ਮੈਂ ਰੌਲਾ ਪਾਉਂਦਾ ਵਾਂ ਜਿੰਨਾ ਵੀ ਦੱਸਦਾ ਵਾਂ, ਅਤੇ ਜਨਤਾ ਨਹੀਂ, ਜਨਤਾ ਕਹਿੰਦੀ ਵੀ ਨਹੀਂ ਇਹਨਾਂ ਝੂਠ ਬੋਲਦਾ ਹੈ। ਜਦੋਂ ਇੱਥੇ ਆ ਕੇ ਹੁੰਦੀ ਆ ਫਿਰ ਕਹਿੰਦੇ ਯਾਰ ਤਾਂ ਇਹ ਸੀਗਾ ਵੋ ਸੀਗਾ, ਅਸੀਂ ਤੇਰੀ ਵੀਡੀਓ ਦੇਖੀ ਸੀ ਪਰ ਅਸੀਂ ਉੱਥੇ ਮੰਨੇ ਨਹੀਂ। ਕਮ ਸੇ ਕਮ ਆਪਣੇ ਜਿਹੜੇ ਏਜੰਟਾਂ ਦੇ ਨਾਲ ਕੁਝ ਨਾ ਕੁਝ ਐਗਰੀਮੈਂਟ ਕਰਕੇ ਆਇਆ ਕਰੋ ਭਾਈ, 1 ਸਾਲ ਦਾ ਅਧਿਕਾਰ, ਕਿਉਂਕਿ ਹੁਣ ਰੇਟ ਵੱਧ ਗਿਆ, 5-6 ਲੱਖ ਰੁਪਈਆ ਹੋ ਗਿਆ ਰੋਮਾਨੀਆ ਦਾ, ਠੀਕ ਆ।
ਕੋਈ 5 ਲਈ ਜਾਂਦਾ, ਕੋਈ 5.5, ਕੋਈ 6 ਲੱਖ ਰੁਪਈਆ ਲਈ ਜਾਂਦਾ। 6 ਲੱਖ ਰੁਪਈਏ ਦੇ ਵਿੱਚ ਇਹ ਆ ਵੀ ਤੁਸੀਂ ਇੱਥੇ ਆ ਜਾਓ, ਇੱਥੋਂ ਫਿਰ ਫਲਾਈ ਕਰ ਜਾਓ। ਹੁਣ 2-3 ਮੁੰਡਿਆਂ ਦਾ ਮੈਨੂੰ ਫੋਨ ਆਇਆ, 2 ਪਾਕਿਸਤਾਨ ਤੋਂ ਸੀਗੇ ਮੁੰਡੇ, 1 ਇੰਡੀਆ ਤੋਂ ਸੀਗਾ। ਠੀਕ ਆ, ਆਪਾਂ ਰੈਂਟ ਹੀ ਨਹੀਂ ਸ਼ੋ ਕਰਦੇ ਹੈ ਕਿਸੇ ਦੀ ਵੀ ਜਦ ਤੱਕ ਅਗਲੇ ਦੀ ਪਰਮਿਸ਼ਨ ਨਹੀਂ। ਉਹਨਾਂ ਨਾਲ ਉਹ ਕਹਿੰਦੇ ਵੀ ਸਾਨੂੰ ਉਹ ਕੰਮ ਹੀ ਨਹੀਂ ਮਿਲਿਆ, ਸਾਨੂੰ ਉਹ ਸੈਲਰੀ ਨਹੀਂ ਮਿਲਦੀ ਪਈ। ਠੀਕ ਆ, ਸਾਡੇ ਕੋਈ ਡਾਕੂਮੈਂਟ ਨਹੀਂ ਬਣਦੇ ਪਏ, ਸਾਡਾ ਕੋਈ ਐਗਰੀਮੈਂਟ ਸਾਈਨ ਨਹੀਂ ਹੋਇਆ। ਇੱਦਾਂ ਹੀ ਮੁੰਡਾ ਪਾਕਿਸਤਾਨ ਵਾਲਾ ਕਹੀ ਜਾਂਦਾ, ਕਹਿੰਦਾ ਯਾਰ ਕੁਛ ਨਹੀਂ ਹੋਇਆ, ਕਹਿੰਦਾ ਵੀ ਮੇਰੇ ਕੋਲ ਵੀਜ਼ਾ ਰਹਿ ਗਿਆ 1 ਮਹੀਨੇ ਦਾ, ਅਤੇ ਕਹਿੰਦਾ ਮੈਨੂੰ ਇਹ ਦੱਸਦੇ ਨਹੀਂ ਪਿਆ। ਮੈਂ ਉਹਨਾਂ ਨੂੰ ਕਿਹਾ ਵੀ ਚਲੋ ਮੇਰੇ ਡਾਕੂਮੈਂਟ ਰੈਡੀ ਕਰਕੇ ਅਤੇ ਮੇਰੇ ਫਿੰਗਰ ਹੀ ਕਰਾ ਦਿਓ TRC ਕਾਰ ਵਾਸਤੇ। ਕਹਿੰਦੇ ਉਹ ਕਹਿੰਦੇ ਅੱਜ ਕਰਾਉਂਦੇ ਕੱਲ੍ਹ ਕਰਾਉਂਦੇ ਆ, ਵੀਜ਼ਾ 1 ਮਹੀਨੇ ਦਾ ਰਹਿ ਗਿਆ। ਉਹਨਾਂ ਦਾ ਮੋਟਿਵ ਆ ਵੀ ਆਪੇ ਭੱਜ ਭੁੱਜ ਜਾਵੇ ਇੱਧਰ ਉੱਧਰ, ਬਸ ਠੀਕ ਆ। ਉਹ ਵੀ ਹੁਣ ਤਿਆਰੀ ਕਰੀ ਫਿਰਦਾ। ਠੀਕ ਆ, ਉਹ ਪਤਾ ਨਹੀਂ ਕਿਹੜੇ ਕਿਹੜੇ ਏਰੀਏ 'ਚ ਰਹਿੰਦਾ, ਕਹਿੰਦਾ ਵੀ ਮੈਂ ਜਾਣਾ ਵਾ ਅਤੇ ਮੈਨੂੰ ਦੱਸੋ ਜਿਹੜਾ ਵਾ ਕਿਹੜੀ ਏਅਰਪੋਰਟ ਤੋਂ ਮੈਂ ਫਲਾਈ ਕਰਾਂ। ਫਿਰ ਇੱਦਾਂ ਹੀ 2-3 ਮਤਲਬ ਮਤਲਬ ਜੇ ਤੁਹਾਨੂੰ ਮੈਂ ਦਿਖਾਵਾਂ ਤਾਂ ਬਹੁਤ ਮੈਸੇਜ ਆਏ ਆ, ਇਸ ਚੀਜ਼ ਦੇ ਬਹੁਤ ਮੈਸੇਜ ਆਏ ਆ। ਸੋ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਵਾਂ। ਬਾਕੀ ਰੋਮਾਨੀਆ ਅਤੇ ਬੁਲਗਾਰੀਆ ਦਾ ਕੋਈ ਇਸ਼ੂ ਨਹੀਂ ਹੈਗਾ, ਜਿੱਥੋਂ ਮਰਜ਼ੀ ਤੁਸੀਂ ਰੋਮਾਨੀਆ 'ਚ ਫਲਾਈ ਕਰੋ, ਤੁਹਾਡੇ ਲਾਗੇ ਦਾ ਜਿਹੜਾ ਏਅਰਪੋਰਟ ਆ ਐਕਸਪੈਂਸਿਵ ਆ ਸਸਤਾ ਵਾ ਟਿਕਟ ਜਿਹੜੀ ਉਹ ਤੁਸੀਂ ਦੇਖਣੀ ਆ। ਇੱਦਾਂ ਹੀ ਜਿਹੜਾ ਬੁਲਗਾਰੀਆ ਦੇ ਵਿੱਚ ਤੁਸੀਂ ਕਿੱਥੋਂ ਫਲਾਈ ਕਰਨਾ ਵਾ, ਏਅਰਪੋਰਟ ਸਾਰੇ ਜਿਹੜੇ ਓਪਨ ਆ, ਅਤੇ ਉਹਦੇ ਵਿੱਚ ਤੁਸੀਂ ਜਿੱਥੋਂ ਮਰਜ਼ੀ ਫਲਾਈ ਕਰ ਸਕਦੇ ਆ, ਉਹ ਤੁਸੀਂ ਦੇਖਣਾ। ਇਹ ਸੀਗੀ ਅੱਜ ਦੀ ਵੀਡੀਓ। ਬਾਕੀ ਜੇ ਵੀਡੀਓ ਸ਼ੇਅਰ ਕਰਨੀ ਹੋਈ ਤਾਂ ਕਰ ਦਿਓ, ਉਹਦੇ 'ਚ ਤੁਹਾਡਾ ਵੀ ਫਾਇਦਾ ਅਤੇ ਮੇਰਾ ਵੀ ਫਾਇਦਾ ਵਾ। ਜੇ ਨਾ ਕਰਨੀ ਹੋਈ ਤਾਂ ਕਿਸੇ ਨੂੰ ਫੋਨ 'ਤੇ ਹੀ ਦੱਸ ਦਿਓ, ਆਪਾਂ ਨੂੰ ਐਡੀ ਕੋਈ ਗੱਲ ਨਹੀਂ ਹੈਗੀ। ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਦਿਓ, ਜਾਂ ਇਹਦਾ ਲਿੰਕ ਉਹਨਾਂ ਨੇ ਸ਼ੇਅਰ ਕਰ ਦਿਓ ਭਾਈ ਵੀ, ਹੈ ਨਾ। ਉਹਦੇ ਨਾਲ ਮੈਨੂੰ ਵੀ ਫਾਇਦਾ ਹੋ ਜੂਗਾ, ਤੁਹਾਨੂੰ ਵੀ ਫਾਇਦਾ ਹੋ ਜੂਗਾ, ਅਗਲੇ ਨੂੰ ਵੀ ਫਾਇਦਾ ਹੋ ਜੂਗਾ ਇਸ ਚੀਜ਼ ਦਾ।